बिछड़े मिल जावे दुखियारों के दुख दूर हो जामे। मैं भी थारे पास एक दुआ लेने आ गया बिगाड़ ने मारी बड़ी पगड़ी के पगड़ी मान ने खतरे में डाल दी थारी पगड़ी के मान ने पूरे गोड़ की जान निकाल रखी है दांत से फकीर अपने आप में शानों को देखे और शानों अपने आप में फकीर ਹਸਰਤ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਕਿਸ ਤਰੀਕੇ ਨਾਲ ਲਾਡੋ ਨੂੰ ਖਵਾ ਕਰ ਲਵੇ ਪਰ ਲਾਡੋ ਨੂੰ ਖਵਾ ਕਰਨ ਦੀ ਹਸਰਤ ਦੀ ਹਰ ਕੋਸ਼ਿਸ਼ ਜਿਹੜੀ ਹੈ ਉਹ ناکਾਮ ਹੋ ਜਾਂਦੀ ਹੈ ਹਸਰਤ ਦੇ ਪੈਰ 'ਚ ਤੀਰ ਲੱਗਦਾ ਹੈ ਤੇ ਉਹ ਹਸਪਤਾਲ ਪਹੁੰਚ ਜਾਂਦਾ ਹੈ ਤੇ ਲਾਡੋ ਉਹਦੀ ਕਬਰ ਖੋਦ ਦਿੰਦੀ ਹੈ ਕਿ ਇਹਦੇ ਵਿੱਚ ਮੈਂ ਹੁਣ ਹਸਰਤ ਨੂੰ ਦੱਬਾਂਗੀ ਰਾਤ ਸਾਈ ਪੁਲਿਸ ਦੇ ਵੱਡੇ ਅਫੀਸਰ ਕੋ ਪਹੁੰਚ ਜਾਂਦਾ ਹੈ ਥਾਣੇ ਤੇ ਉੱਥੇ ਜਾ ਕੇ ਉਸ ਅਫੀਸਰ ਨੂੰ ਖਰੀਦਣ ਦੀ ਕੋਸ਼ਿਸ਼ ਕਰਦਾ ਹੈ ਪਰ ਆਪਣੀ ਇਸ ਕੋਸ਼ਿਸ਼ 'ਚ ناکਾਮ ਹੋ ਕੇ ਗੁੱਸੇ 'ਚ ਹੋ ਜਾਂਦਾ ਹੈ ਜਿੰਦੂ ਦੇ ਘਰ ਇਧਰ ਦਾਤ ਸਾਈਂ ਜਿੰਦੂ ਨੂੰ ਕਹਿੰਦਾ ਹੈ ਕਿ ਤੂੰ ਹਜੇ ਤੱਕ ਆਪਣਾ ਦੋਤਾ ਦੇਖਣ ਵਾਸਤੇ ਨਹੀਂ ਆਈ। ਜਿੰਦੂ ਵੀ ਸਿਆਣੀ ਨਿਕਲੀ ਦਾਤ ਸਾਈਂ ਦੇ ਸਾਹਮਣੇ ਉਹਦੀ ਪੋਤੀ ਨੂੰ ਪੇਸ਼ ਕਰਦੀ ਹੈ ਤੇ ਕਹਿੰਦੀ ਹੈ ਕਿ ਇਹਦੇ ਸਿਰ ਦੇ ਉੱਤੇ ਹੱਥ ਫੇਰ ਤੇ। ਇਧਰ ਜੁਗਨੀ ਦੀ ਜ਼ਿੰਦਗੀ ਪੈ ਗਈ ਹੈ ਖਤਰੇ ਦੇ ਵਿੱਚ ਕਿਉਂਕਿ ਦਾਤ ਸਾਈਂ ਨੂੰ ਤਾਂ ਸਿਰਫ ਪੋਤਾ ਚਾਹੀਦਾ ਸੀ ਤੇ ਬਹਾਨੇ ਨਾਲ ਉਹ ਜਿੰਦੂ ਨੂੰ ਬੁਲਾਉਂਦਾ ਹੈ ਤੇ ਜੁਗਨੀ ਨੂੰ ਮਰਵਾ ਦਿੰਦਾ ਹੈ। ਹਸਰਤ ਹਸਪਤਾਲੋਂ ਵਾਪਸ ਆ ਕੇ ਆਪਣੀ ਵੱਡੀ ਬੀਵੀ ਦੇ ਸਾਹਮਣੇ ਜਾਂਦਾ ਹੈ ਤੇ ਉਹ ਉਹਦੀ ਚੰਗੀ ਬੇਇਜ਼ਤੀ ਕਰਦੀ ਹੈ। ਹਸਰਤ ਇਹ ਸਭ ਵੇਖ ਕੇ ਗੁੱਸੇ 'ਚ ਆ ਜਾਂਦਾ ਹੈ ਤੇ ਉਹਨੂੰ ਜਾਨ ਤੋਂ ਮਾਰਨ ਦੀ ਕੋ ਹਸਰਤ ਆਪਣੀ ਬੁੱਢੀ ਨੂੰ ਕਹਿੰਦਾ ਹੈ ਕਿ ਤੂੰ ਮੇਰੀ ਬੁੱਢੀ ਹੈ ਤੇ ਬੁੱਢੀ ਰਹਿ ਮੇਰਾ ਪਿਓ ਨਾ ਬਣ ਹਸਰਤ ਆਪਣੀ بیوی ਨਾਲ ਲੜਾਈ ਕਰਕੇ ਗੁੱਸੇ ਚ ਘਰੋਂ ਨਿਕਲਦਾ ਹੈ ਤੇ ਉਧਰ ਸ਼ਾਹ ਜੀ ਦੇ ਦਰਬਾਰ ਤੇ ਪਹੁੰਚ ਜਾਂਦਾ ਹੈ ਉੱਥੇ ਉਹਨੂੰ ਫਕੀਰਾ ਨਜ਼ਰ ਆ ਜਾਂਦਾ ਹੈ ਉਧਰ ਫਕੀਰਾ ਆਪਣੀ ਜਾਣ ਪਛਾਣ ਕੇ ਦੌੜਦਾ ਹੈ ਤੇ ਇਹ ਦਰਦ ਆਤ ਸਾਈਂ ਜੁਗਣੀ ਨੂੰ ਕਤਲ ਕਰਵਾ ਦਿੰਦਾ ਹੈ ਜਿੰਦੂ ਜੁਗਣੀ ਦੀ ਲਾਸ਼ ਦੇਖ ਕੇ ਬਹੁਤ ਪਰੇਸ਼ਾਨ ਹੁੰਦੀ ਹੈ ਜਿੰਦੂ ਇਸ ਸਦਮੇ ਚੋਂ ਬਾਹਰ ਨਹੀਂ ਨਿਕਲੀ ਸੀ ਕਿ ਬਿਨਾਂ ਦੇ ਸਵਾਲ ਉਹਨ ਮਜ਼ੀਦ ਸਦਮੇ ਚ ਪਾ ਦਿੰਦੇ ਇਦਰ ਬੀਨਾ ਜਿੰਦੂ ਨੂੰ ਕਹਿੰਦੀ ਹੈ ਕਿ ਜਦ ਤੈਨੂੰ ਪਤਾ ਸੀ ਕਿ ਸ਼ਾਨੋ ਫਕੀਰੇ ਨਾਲ ਮੁਹੱਬਤ ਕਰਦੀ ਹੈ ਤੇ ਤੂੰ ਸ਼ਾਨੋ ਦਾ ਵਿਆਹ ਫਕੀਰੇ ਦੇ ਨਾਲ ਕਿਉਂ ਨਹੀਂ ਕੀਤਾ ਤੂੰ ਇਹ ਸਭ ਜਾਣਦੇ ਬੋਝਦੇ ਡਾ ਵੱਡਾ ਜ਼ੁਲਮ ਕਿਉਂ ਕੀਤਾ ਜਿੰਦੂ ਕਹਿੰਦੀ ਹੈ ਬੀਨਾ ਨੂੰ ਕਿ ਸ਼ਾਨੋ ਫਕੀਰੇ ਚ ਆਪਣੇ ਆਪ ਦੇਖਦੀ ਹੈ ਤੇ ਫਕੀਰਾ ਸ਼ਾਨੋ ਚ ਆਪਣਾ ਆਪ ਦੇਖਦਾ ਹੈ ਲੇਕਿਨ ਦੋਨੋਂ ਕਦੀ ਵੀ ਵਿਆਹ ਨਹੀਂ ਕਰਣਗੇ ਦੋ ਤੇ ਇਹ ਸਭ ਕੁਝ ਕਹਿ ਦਿੰਦੀ ਹੈ ਲੇਕਿਨ ਬੀਨਾ ਇਹ ਸਭ ਕੁਝ ਸੁਣ ਕੇ ਬਹੁਤ ਪਰੇਸ਼ਾਨ ਹੈ ਉਹ ਸੋਚਦੀ ਹੈ ਕਿ ਜਦੋਂ ਉਹ ਦੋਨੋਂ ਇੱਕ ਦੂਸਰੇ ਵਾਸਤੇ ਨੇ ਤੇ ਮੈਂ ਇਹਨਾਂ ਦੇ ਵਿਚਕਾਰ ਕਿਉਂ ਹਾਂ ਸੋਚ ਕੇ ਬਿਨਾ ਕਾਰ ਛੱਡ ਕੇ ਚਲੀ ਜਾਂਦੀ ਹੈ ਨਾਲ ਜਨਤਨ ਮੇਰੇ ਪੰਜਾਬੀ ਰਿਵਿਊ ਕਿਹਦਾ ਲਗਾ ਕਮੈਂਟਸ ਚ ਆਪਣੀ ਰਾਏ ਦਾ ਇਜ਼ਹਾਰ ਕਰਿਓ ਮੈਂ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹੇਗਾ ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੇ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਅਗਰ ਬਹੁਤ ਹੀ ਅੱਛੀ ਲੱਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਾਂਦੇ ਜਾਂਦੇ ਕੈਂਟੀ ਦਾ ਬਟਨ ਜ਼ਰੂਰ ਦਬਿਓ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਬਰ ਬਕਤ ਤੱਕ ਪਹੁੰਚ ਸਕੇ ਸ਼ੁਕਰੀਆ